लो भी अज असी इत्थे खड़े हैगे आ कुमार मंडी दे विच। ओ वेला सी जदों फोटोग्राफर दे बिना डोली भी नहीं तोड़दी सी ते ब्याह भी नहीं होंदा सीगा, ते ओ ही वेला सी जदों ब्लैक एंड वाइट फोटो खिंचियां जांदियां सी, घंटा घर दे कोल कपड़ा जिहा पा के खिंचदे सन। मेरे नाल खड़े ने की नाम जी तुहाडा? सम्राट। सम्राट जी खड़े ने, देखो मैं इन्हां नूं पहचान लिया। कई बार कॉलेज के फंक्शन होंदे ने इस उम्र दे विच भी, इह खालसा कॉलेज हो गया जां होर जिहड़े कुड़ियां दे कॉलेज आ जां होर जिहड़े फंक्शन होंदे उत्थे कई बार मिल जांदे ने सानूं। असी तां भाई दूजा काम करदे हुंदे प्रेस वाला, ये कर रहे होंगे है अपना फोटोग्राफी का काम। अच्छा यार तुसीं इत्थे दुकान कीती सी, उस टाइम किदां दा सी माहौल कुमार मंडी दे विच? उस टाइम इत्थे कारां नहीं होंदियां सी, बाहरों ही आउंदियां होंदियां सी। अच्छा। इक्को ही कार सी, रानी कार। अच्छा। उन्हूं लोक देखण आउंदे होंदे सी। अच्छा, कार जिहड़ी सी हां ओह मास्टर कार तो फीएट कार। अच्छा फीएट कार। अच्छा हां, जानवर ਉਹ ਜਿਹੜਾ ਯੂਨੀਵਰਸਿਟੀ 'ਚ ਕੰਮ ਕਰਦਾ ਸੀ। ਯੂਨੀਵਰਸਿਟੀ 'ਚ ਕੰਮ ਕਰਦਾ ਸੀਗਾ। ਹਾਂਜੀ ਹਾਂਜੀ। ਤੇ ਤੁਹਾਨੂੰ ਇੱਥੇ ਕਿੰਨੇ ਸਾਲ ਹੋ ਗਏ? ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ ਹੈਗੀ 78 ਸਾਲ। 78 ਸਾਲ ਹੋ ਗਏ ਤੇ ਆਜ਼ਾਦੀ ਤੋਂ ਪਹਿਲੀ ਪੈਦਾ ਹੋ ਗਏ ਸੀ ਤੁਸੀਂ? ਹਾਂਜੀ ਹਾਂਜੀ। ਹਾਂ 3-4 ਸਾਲ ਦੇ ਸੀ ਉਸ ਵੇਲੇ। ਹਾਂਜੀ। ਤੇ ਕਿਹੜੇ ਮੱਲੇ ਰਹਿੰਦੇ ਸੀ? ਲੁਧਿਆਣੇ? ਲੁਧਿਆਣੇ ਅਸੀਂ ਆਏ ਸੀ, ਨਿੰਮ ਵਾਲੇ ਚੌਂਕ। ਨਿੰਮ ਵਾਲਾ ਚੌਂਕ? ਹਾਂ ਹਾਂ, ਨਿੰਮ ਵਾਲੇ ਚੌਂਕ ਤਾਂ ਤੁਹਾਡੇ ਮੁਸਲਮਾਨ ਵੀ ਰਹਿੰਦੇ ਸੀ ਉਸ ਵੇਲੇ। ਹਾਂਜੀ ਹਾਂਜੀ ਹਾਂਜੀ। ਹਾਂ ਤੇ ਤੁਸੀਂ ਛੋਟੇ ਜਿਹੇ ਸਨ, ਉਹ ਸਾਰੇ ਮੁਸਲਮਾਨ ਚਲੇ ਗਏ ਸੀ ਉੱਥੋਂ। ਹਾਂਜੀ ਹਾਂਜੀ। ਤੇ ਡੈਡੀ ਕੀ ਕੰਮ ਕਰਦੇ ਸੀ ਉਸ ਵੇਲੇ? ਆਉਂਦੇ ਨਾਲ ਹੀ ਉਹਨਾਂ ਨੇ ਕੋਈ ਕੰਮ ਤਾਂ ਦੇਖਿਆ ਨਹੀਂ ਹੈਗਾ। ਘਰ ਦੇ ਦਰਵਾਜ਼ੇ ਵਗੈਰਾ ਪੁਰਾਣੇ ਹੈਗੇ ਸੀ, ਉਹ ਲਾਹ ਕੇ ਵੇਚਣੇ ਸ਼ੁਰੂ ਕਰਤੇ, ਰੱਦੀ ਵੇਚਣੀ ਸ਼ੁਰੂ ਕਰ ਦਿੱਤੀ। ਤੁਸੀਂ ਪਾਕਿਸਤਾਨ ਤੋਂ ਆਏ ਹੋ? ਹਾਂ। ਕਿਹੜੀ ਜਗ੍ਹਾ ਤੋਂ? ਲਾਲਪੁਰ ਤੋਂ। ਲਾਲਪੁਰ ਤੋਂ ਆਏ? ਲਾਲਪੁਰ ਵਾਲਾ ਭਾਈ ਲਾਲਪੁਰ ਸਵੀਟ ਵਾਲੇ ਹੋ ਗਏ, ਲਾਲਪੁਰ ਤਾਂ ਕਾਫੀ ਲੋਕ ਨੇ। ਹਾਂਜੀ ਹਾਂਜੀ। ਅੱਛਾ, ਲਾਲਪੁਰ ਦੇ ਹੋ ਤੁਸੀਂ ਤੇ ਉੱਥੇ ਲਾਲਪੁਰ ਤੁਹਾਡਾ ਕਾਹਦਾ ਕੰਮ ਸੀਗਾ ਪਿੰਡ 'ਚ ਪਾਪੇ ਦਾ? ਕੱਪੜੇ ਦਾ ਕੰਮ ਸੀ। ਕੱਪੜੇ ਦਾ ਸੀ? ਕੱਪੜੇ ਦੇ ਵਪਾਰੀ ਬਹੁਤ ਆਏ ਨੇ, ਕਰਿਆਨੇ ਵਾਲੇ ਆਏ ਨੇ, ਸੁਨਿਆਰ ਆਏ ਨੇ ਪਾਕਿਸਤਾਨ ਤੋਂ। ਹਾਂਜੀ ਹਾਂਜੀ। ਅੱਛਾ, ਤੁਹਾਡੇ ਡੈਡੀ ਉਹ ਕੰਮ ਕਰਦੇ ਸੀਗੇ ਤੇ ਤੁਹਾਡੀ ਕਾਸਟ ਕਿਹੜੀ ਪੈਂਦੀ ਹੈ? ਸਾਡੀ ਭਗਤ ਹੈ ਜੀ। ਭਗਤ? ਭਗਤ ਨੇ, ਭਗਤ ਮੁੰਡੇ ਆਪਣੇ ਵੀ ਹੈਗੇ ਫੀਲਡ ਗਾਂ ਦੇ ਵਿੱਚ, ਉਹਨਾਂ ਦਾ ਮਨਿਆਰੀ ਦਾ ਕੰਮ ਬੜਾ ਵਾ। ਇਹ ਗੁਣ ਮੰਡੀ ਹੈ ਭਗਤ। ਹਾਂਜੀ ਹਾਂਜੀ। ਆ ਤੁਹਾਡੀ ਕਾਸਟ ਹੈ ਭਗਤ? ਠੀਕ ਆ, ਵਿੱਕੀ ਭਗਤ ਕਹਿੰਦੇ ਆ ਮੁੰਡੇ ਨੂੰ। ਹਾਂਜੀ। ਤੇ ਉਸ ਟਾਈਮ ਜਾਣੀ ਕਿ ਤੁਹਾਡੇ ਕਿੰਨੇ ਭਰਾ ਸੀ ਜਿਹੜੇ ਤੁਸੀਂ ਆਏ ਪਾਕਿਸਤਾਨ ਤੋਂ? ਅਸੀਂ ਦੋ ਹੀ ਹੈਗੇ ਸੀ। ਅੱਛਾ, ਦੂਜਾ ਭਾਈ ਕੀ ਕਰਦਾ ਸੀ? ਦੂਜਾ ਇੱਥੇ ਹੋਇਆ ਸੀ ਇੰਡੀਆ 'ਚ। ਅੱਛਾ, ਇੱਥੇ ਹੋਇਆ ਸੀਗਾ। ਤੇ ਤੁਹਾਨੂੰ ਫਿਰ ਸ਼ੌਂਕ ਕਿੱਦਾਂ ਪੈਦਾ ਹੋਇਆ ਫੋਟੋਗ੍ਰਾਫਰੀ ਦਾ? ਫੋਟੋਗ੍ਰਾਫਰੀ ਦਾ ਮੈਨੂੰ ਪਹਿਲੇ ਆਰਟ ਦਾ ਸ਼ੌਂਕ ਸੀ, ਸੀਨਰੀ ਬਣਾਉਣ ਦਾ। ਅੱਛਾ। ਫਿਰ ਇੱਥੇ ਇੱਕ ਬਹੁਤ ਮਸ਼ਹੂਰ ਸਿਟੀ ਲਾਈਟ ਸਟੂਡੀਓ ਹੁੰਦਾ ਸੀ। ਹਾਂ, ਸਿਟੀ ਲਾਈਟ। ਰੀਕੀ ਸਿਲਮੇ ਚੌਂਕ, ਉੱਥੇ ਮੈਂ ਗਿਆ। ਮੈਂ ਕਿਹਾ ਤੁਸੀਂ ਕੋਈ ਸੀਨਰੀ ਵਗੈਰਾ ਬਣਾਉਣੀ ਹੈ? ਹਾਂਜੀ। ਕਹਿੰਦਾ ਬਣਾ ਦਿਓ। ਉਹ ਬਣਾਈ ਉਹਨਾਂ ਨੇ, ਕਿਹਾ ਤੂੰ ਉੱਥੇ ਨੌਕਰੀ ਕਰ ਲੈ। ਅੱਛਾ। ਉੱਥੇ ਨੌਕਰੀ ਕਰਦੇ ਕਰਦੇ ਫੋਟੋਗ੍ਰਾਫਰੀ ਲਾਈਨ 'ਚ ਆ ਗਿਆ। ਅੱਛਾ, ਤੁਸੀਂ ਕੀਤਾ ਨਾ ਗੱਲ ਕੀਤੀ ਹੈਗੀ ਇਹ, ਅਤੇ ਇੱਥੇ ਰੋਡ ਦੇ ਉੱਤੇ ਇੱਕ ਕੁਮਾਰ ਆਰਟ ਕਾਲਜ ਵਾਲੇ ਸੀਗੇ। ਹਾਂਜੀ ਹਾਂਜੀ। ਕੀ ਨਾਂ ਸੀ ਉਹਨਾਂ ਦਾ? ਕੁਮਾਰ ਵਾਲੇ ਸੀ, ਉਹ ਨਾਲ ਸਿਲੰਡਰ ਵਗੈਰਾ ਵੀ ਭਰਦੇ ਸੀ ਛੋਟੇ। ਹਾਂ, ਸਿਲੰਡਰ ਭਰਦੇ ਸੀ। ਉਹਨਾਂ ਦਾ ਖਾਲਸਾ ਕਾਲਜ ਸੀਗਾ ਆਪਣਾ, ਗੌਰਮੈਂਟ ਕਾਲਜ ਰੋਡ 'ਤੇ ਸੀਗਾ। ਹੁਣ ਉੱਥੇ ਉਹਨਾਂ ਦੀ ਹੈਗੀ ਉਹਦੀ ਰੈਡੀਮੇਡ ਦੁਕਾਨ ਕੋਈ ਹੋਊਗੀ। ਮੈਂ ਉਹਨਾਂ ਕੋਲ ਸਿੱਖਦਾ ਸੀਗਾ ਪੇਂਟਿੰਗ, ਤੁਸੀਂ ਕਰਦੇ ਹੋ ਨਾ? ਹਾਂ, ਮੈਨੂੰ ਵੀ ਸ਼ੌਂਕ ਸੀਗਾ। ਹਾਂਜੀ ਹਾਂਜੀ, ਆਰਟ ਦਾ ਨਾ, ਮੈਨੂੰ ਵੀ ਸ਼ੌਂਕ ਸੀਗਾ। ਉਹਦੇ ਫਾਦਰ ਪੇਂਟਿੰਗ ਕਰਦੇ ਸੀਗੇ। ਉਹ ਉਹਨਾਂ ਨਾਮ ਨੂੰ ਪਤਾ ਨਹੀਂ ਕੀ ਸੀਗਾ ਉਸ ਟਾਈਮ। ਸਕੂਲ ਖੋਲਿਆ ਸੀ? ਹਾਂ, ਸਕੂਲ ਖੋਲਿਆ ਸੀ। ਮੈਂ ਉੱਥੇ ਪੜ੍ਹਨ ਜਾਂਦਾ ਸੀ ਉਹਨਾਂ ਦੇ ਸਕੂਲ ਦੇ ਪੇਂਟਿੰਗ ਸਿੱਖਣ ਲਈ। ਇਹ ਹੋਣੀ ਆ ਗੱਲ ਕਾਫੀ ਪੁਰਾਣੀ ਹੈਗੀ ਹੈ ਗੱਲ। ਨੌਵੀਂ 'ਚ ਪੜ੍ਹਦਾ ਸੀ ਉਸ ਵੇਲੇ ਮੈਂ। 35-40 ਸਾਲ ਦੀ? ਹਾਂ, 35-40 ਸਾਲ ਦੀ ਹੋ ਗਈ ਹੈ। 9ਵੀਂ 'ਚ ਪੜ੍ਹਦਾ ਸੀ ਉਸ ਵੇਲੇ ਮੈਂ, ਅਤੇ ਮੈਨੂੰ ਵੀ ਸ਼ੌਂਕ ਸੀਗਾ ਤੁਹਾਡੇ ਵਾਕ ਨੇ। ਅਤੇ ਫਿਰ ਮੈਂ ਜਿਹੜਾ ਸ਼ੌਂਕ ਹੈ ਨਾ ਉਹਨਾਂ ਕੀ ਰੱਖਿਆ ਜਿੰਨਾ ਜ਼ਰੂਰੀ ਹੁੰਦਾ ਵਾ। ਆਹ ਵੀ ਮੇਰਾ ਸ਼ੌਂਕ ਹੀ ਆ। ਆਹ ਤੁਹਾਨੂੰ ਅੰਦਰ ਦਿਖਾਉਣਾ? ਆਹ ਜਿਹੜਾ ਦੇਖੀ ਆਪਾਂ, ਆ ਜਾਓ ਭਾਈ। ਆਹ ਦੇਖੋ ਤੁਹਾਡਾ, ਤੁਹਾਡੀ ਲਾਈਟ ਵਿੱਚ ਗੱਲ ਅੰਦਰ ਲਈ ਕੋਈ ਫਿਲਮ ਫੋਟੋਆਂ ਫੋਟੋਆਂ ਦਿਖਾਓ ਪੁਰਾਣੀਆਂ ਕੁਛ। ਲਓ ਜੀ ਪੁਰਾਣੇ ਕੈਮਰੇ ਦੇਖੋ, ਵਾਹ ਲਾਈਟ ਜਗਾ ਦਿਓ ਥੋੜ੍ਹੀ ਜਿਹੀ। ਲਓ ਜੀ, ਕਹਿੰਦੇ ਨੇ ਸ਼ੌਂਕ ਜਿਹੜਾ ਹੁੰਦਾ ਵਾ ਕਦੀ ਵੀ ਪੂਰਾ ਨਹੀਂ ਹੁੰਦਾ। ਅਤੇ ਲਾਈਟ ਜਗ ਜਾਓ ਥੋੜ੍ਹੀ ਜਿਹੀ, ਅਤੇ ਹਰ ਤਰ੍ਹਾਂ ਦੀ ਹਾਂ ਕੋਈ ਗੱਲ ਨਹੀਂ, ਜਗਾ ਲਓ ਤੁਸੀਂ। ਅਤੇ ਆਹ ਦੇਖੋ ਤੁਸੀਂ ਇੱਧਰਲੇ ਪਾਸੇ, ਇੱਧਰ ਦੇਖੋ ਤੁਸੀਂ, ਆਹ ਦੇਖੋ ਜਿਹੜੇ ਪੁਰਾਣੀਆਂ ਸਿਨਰੀਆਂ, ਪੁਰਾਣੀਆਂ ਫੋਟੋਆਂ। ਅਤੇ ਜ਼ਿੰਦਗੀ ਕਾ ਸਫ਼ਰ ਜੂੰ ਹੀ ਚਲਤਾ ਰਹਿਤਾ ਹੈ, ਜ਼ਿੰਦਗੀ ਜੂੰ ਹੀ ਆਗੇ ਆਗੇ ਬੜਤੀ ਰਹਿਤੀ ਹੈ ਆਦਮੀ ਕੀ। ਜੋ ਦੇਖੀਏ ਜੀ, ਦੇਖੀਏ ਜਾਂ ਪਰ ਕੈਮਰੇ ਹੈ, ਦੇਖੀਏ ਹਨ ਕਿ। ਅੱਛਾ, ਉਹ ਕੈਮਰਾ ਜਿਹੜਾ ਅੰਦਰ ਆ ਲੈਣ ਦਿਓ ਸਮਰਾਟ ਜੀ ਨੂੰ। ਸਮਰਾਟ ਜੀ, ਹੁਣ ਤੁਸੀਂ ਦੱਸੋ ਜਿਹੜੇ ਕੈਮਰੇ, ਦੇਖੋ ਮੈਂ ਆਪ ਕੋ ਦਿਖਾ ਰਹਾ ਹਾਂ ਲੁਧਿਆਣਾ ਮੈਂ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਅਤੇ ਜਿਹੜੇ ਅੱਜ ਤੁਹਾਨੂੰ ਦਿਖਾ ਰਹੇ, ਘੁਮਾਰ ਮੰਡੀ ਦੇ ਵਿੱਚ ਅਸੀਂ ਆਏ ਸੀ, ਅਤੇ ਆਹ ਦੇਖੋ ਸਮਰਾਟ ਜੀ ਪਾਕਿਸਤਾਨ ਤੋਂ ਆਏ ਸਨ, ਇਹਨਾਂ ਦੇ ਫਾਦਰ ਨਿੰਮਲ ਚੌਂਕ ਦੇ ਵਿੱਚ ਇਹਨਾਂ ਨੂੰ ਕਮਰਾ ਜਾਂ ਘਰ ਅਲਾਟ ਹੋਇਆ।
हौली 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 इन्होंने सिटी लाइट के विचों काम सीखा। सीखने तो बाद अज का सफर जरा कुमार मंडी दुकान लैने भी कुछ आसान काम। हाँ जी, यह पहला कैमरा है, फ्लैश, एक एक फोटो खिंचन एक बल्ब फ्यूज, एक बल्ब फ्यूज हो जाता। अच्छा, एक फोटो खिंचन दे नाल। अच्छा, एक कट फिल्म पैंदी सी। फिर उस तो बाद आ गया 120 कैमरा। 120, अच्छा, वो जो सामने पे आवा। हां, यशिका। हां, ये 12 फोटो बनांदा सी। अच्छा, रील वाली है। हां, जदों असी कन्वोकेशन वगैरह खिंचदे सी, हां, ते नाल दो कैमरे एक बंदा रील चेंज करदा सी। करदा सी। हां जी, हां जी। उन्दे नाल है फ्लैश सी, एक डब्बा जिया सी। हां, फ्लैश डब्बा भी हैगा नाल। हां जी। हां, फिर उस तो बाद आ गया 35 वाला कैमरा, छोटा पे। अच्छा, हाँ जी, वो साइज छोटा हो गया उसका। हाँ, फिर अंदर 36 फोटो बन दिया सी। 36 आ गया फिर। हाँ जी, हाँ जी, हाँ जी, हाँ जी। 36 फोटो के बाद फिर है मूवी कैमरा है। मूवी कैमरा पहले वो कैमरा है सी। अच्छा, 80 वाला। हाँ, फिर उस तो बाद है कैमरा आ गया। अच्छा, हुन उस तो बाद है हुन ये तो बड़े आ गए ने हुन सारे जेड़े चलदे पे ने ते छोटे छोटे भी बड़े आ गए ने। ये जेड़ा सफर तुसी सारे कैमरे चलाए ने, आपां गल करिए पुराने कैमरे दी, ब्लैक एंड वाइट जेड़े हुंदे सी ना। रेगी सिल्मे कोलों मैं भी ना फोटोग्राफरी करदा सी ना, मंजे थले लोके ना मैं भी डिवेलप कर लैंदा सीगा, उत्थों लै लैंदे सी, इन्ने सारे मिल जांदे सीगे ਜਿਹੜੇ ਹੁੰਦੇ ਛੋਟੇ ਛੋਟੇ ਹੁੰਦੇ ਫੋਟੋਆਂ। ਤੇ ਉਹ ਇੱਕ ਕੈਮੀਕਲ ਜਿਹਾ ਬਣਾਇਆ ਹੁੰਦਾ ਸੀ ਮੈਂ। ਹਾਂ, ਕੈਮੀਕਲ ਪਹਿਲੋਂ ਤਾਂ ਮੈਂ ਬਣਾਇਆ ਸੀਗਾ, ਜੁਗਾੜ ਜਿਹਾ ਕੈਮੀਕਲ ਹੁੰਦਾ ਸੀ ਕਿ ਜੇ ਆਪਾਂ ਜਰਾ ਕਿ ਨਾ ਗਲਤ ਕੈਮੀਕਲ ਪਾ ਲਈਏ ਨਾ। ਹਾਂਜੀ, ਹਾਂਜੀ, ਨੰਬਰ 1, ਨੰਬਰ 2, ਨੰਬਰ 3, ਜੇ ਨੰਬਰ ਚੇਂਜ ਹੋ ਗਿਆ ਨਾ ਤੇ ਉਹ ਰੰਗ ਹੁੰਦਾ ਬਰਾਊਨ ਹੋ ਜਾਂਦਾ ਸੀ। ਹਾਂ ਹਾਂ, ਬਰਾਊਨ ਵੀ ਹੋ ਗਿਆ ਮੇਰੇ ਕੀ ਫੋਟੋਆਂ। ਨਹੀਂ ਨਹੀਂ, ਰੰਗ ਹੁੰਦਾ ਕੈਮੀਕਲ ਦਾ ਚੇਂਜ ਹੋ ਜਾਂਦਾ। ਅੱਛਾ ਅੱਛਾ ਅੱਛਾ, ਇਸ ਤੇ ਪਤਾ ਲੱਗ ਜਾਂਦਾ ਸੀ ਇਹ ਕੈਮੀਕਲ ਨਾ ਗਲਤ ਪੈ ਗਿਆ, ਗਲਤ ਪੈ ਗਿਆ ਹੈਗਾ ਵਾ, ਨੰਬਰ ਗਲਤ ਆ ਗਿਆ। ਹਾਂ ਹਾਂ ਹਾਂ, ਅੱਛਾ, ਇੱਕ ਹੋਰ ਗੱਲ ਹੈਗੀ ਹੈ ਨਾ, ਜਿਹੜੇ ਮੈਂ ਲਿਆਂਦਾ ਸੀ ਤੋਂ ਛੋਟੇ ਹੁੰਦਾ ਸੀ ਮੈਂ, ਤੇ ਉਹ ਮੈਂ ਆਪ ਹੀ ਧੋ ਕੇ ਨਾ ਆਪੇ ਬਣਾ ਲੈਣੀ ਆ, ਸ਼ੌਂਕ ਸੀਗਾ, ਖਿੱਚ ਵੀ ਲੈਣੀ ਆ, ਬਣਾ ਵੀ ਲੈਣੀ, ਧੋ ਵੀ ਲੈਣੀ ਆ, ਸ਼ੌਂਕ ਸੀਗਾ। ਜਿੱਦਾਂ ਪੇਂਟਿੰਗ ਤਾਂ ਹੁਣ ਸ਼ੌਂਕ ਹੈਗਾ, ਕਲਾਕਾਰ ਹੀ ਹੁੰਦੇ ਆ ਨਾ, ਹੁਣ ਆਹ ਵੀ ਕਲਾਕਾਰ ਹੀ ਆ, ਅਸੀਂ ਡਰਾਮੇ ਡਰੂਮੇ ਕਰਦੇ ਰਹੇ ਹਾਂ, ਜਿੱਦਾਂ ਹੀ ਬੋਲ ਬੋਲ ਲਈਦਾ ਵਾ, ਤੁਸੀਂ ਮਿਲ ਗਏ, ਤੁਹਾਡੇ ਨਾਲ ਗੱਲਾਂ ਕਰ ਲਈਆਂ, ਲੋਕ ਦੇਖਣਗੇ ਸਮਰਾਟ ਜੀ ਕਿੰਨੇ ਸਾਲ ਤੋਂ ਕੰਮ ਕਰ ਰਹੇ ਨੇ, ਉਸ ਟਾਈਮ ਤੋਂ ਕੰਮ ਕਰ ਰਹੇ ਨੇ ਜਦੋਂ ਬਲੈਕ ਐਂਡ ਵਾਈਟ ਦਾ ਜ਼ਮਾਨਾ ਸੀਗਾ। ਹਾਂਜੀ, ਬਲੈਕ ਐਂਡ ਵਾਈਟ ਐਵਰ ਗ੍ਰੀਨ ਹੈ, ਉਹਦੀ ਕਮ ਸੇ ਕਮ ਉਮਰ 3-4 ਸਾਲ ਹੈਗੀ ਹੈ ਇਹਦੀ, ਬਲੈਕ ਐਂਡ ਵਾਈਟ। ਬਲੈਕ ਐਂਡ ਵਾਈਟ ਅੱਜ ਕੱਲ੍ਹ ਦੇ ਫੋਟੋ ਵਿਧਾਨ ਸਭਾ 'ਚ ਵੀ ਲੱਗੀ ਹੋਈ ਹੈ, ਗਰੁੱਪ ਲੱਗੇ ਹੋਏ ਹੈ, ਉਹ ਐਂ ਲੱਗਦਾ ਜਿਵੇਂ ਕੱਲ੍ਹ ਖਿੱਚੀਆਂ ਫੋਟੋਆਂ, ਬਿਲਕੁਲ ਫਰੈਸ਼ ਲੱਗਦੀਆਂ ਨੇ ਉਹ। ਫਿਰ ਉਸ ਤੋਂ ਬਾਅਦ ਕਲਰ ਫੋਟੋਗ੍ਰਾਫਰੀ ਆ ਗਈ, ਫਿਰ ਅਸੀਂ ਕਲਰ ਫੋਟੋ ਸਿੰਗਾਪੁਰ ਭੇਜਦੇ ਹੁੰਦੇ ਸੀ, ਸਿੰਗਾਪੁਰ ਤੋਂ ਪਹਿਲੇ ਆਪਾਂ ਹੱਥ ਨਾਲ ਵੀ ਰੰਗ ਭਰਦੇ ਹੁੰਦੇ ਸੀਗੇ। ਹਾਂਜੀ, ਉਹ ਮੈਂ ਕਰਦਾ ਸੀ, ਹੱਥ ਨਾਲ ਰੰਗ ਭਰਦੇ ਸੀ ਜੀ, ਪੇਂਟਿੰਗ ਦਾ ਰੰਗ, ਲਾਲ, ਪੀਲਾ, ਬਲੈਕ ਐਂਡ ਵਾਈਟ ਦੇ ਵਿੱਚ। ਹਾਂ, ਬਲੈਕ ਐਂਡ ਵਾਈਟ ਉਹ ਵੀ ਤੁਸੀਂ ਕੰਮ ਕੀਤਾ ਹੈਗਾ ਵਾ, ਉਹ ਤਾਂ ਮਾਸਟਰ ਸੀ ਮੈਂ ਉਸ ਕੰਮ ਦਾ, ਉਸ ਕੰਮ ਦੇ ਮਾਸਟਰ ਸੀ ਤੁਸੀਂ, ਹੱਥ ਦੇ ਕੰਮ ਦੇ ਮਾਸਟਰ ਸੀ, ਕਿਉਂ ਮੈਂ ਪੇਂਟਿੰਗ ਤੋਂ ਆਇਆ ਸੀ ਨਾ। ਹਾਂ, ਪੇਂਟਿੰਗ ਤੋਂ ਆਇਆ, ਤੁਹਾਡੇ ਲਈ ਬੜਾ ਸੌਖਾ ਕੰਮ ਸੀ ਉਹ। ਹਾਂਜੀ, ਹਾਂ, ਨਹੀਂ ਤਾਂ ਬੈਠੇ ਬਰੀਕ ਬਰੀਕ ਪੁਰਸ਼ ਨਾਲ ਲੱਗੇ ਰਹਿੰਦੇ ਹੁੰਦੇ ਸੀਗੇ, ਫੋਟੋਗ੍ਰਾਫਰ ਜਿਹੜੇ ਹੁੰਦੇ ਸੀਗੇ। ਹਾਂਜੀ, ਹਾਂਜੀ, ਤੇ ਸਮਰਾਟ ਜੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ, ਸਭ ਤੋਂ ਵੱਡੀ ਤਾਂ ਗੱਲ ਹੈ ਕਿ ਤੁਸੀਂ ਸਾਡੇ ਨਾਲ ਗੱਲਾਂ ਕਰ ਲਈਆਂ। ਜੌਨ ਐਂਡ ਸੰਸ ਆਇਆ ਸੀ, ਜੌਨ ਸਨ ਜੀ, ਹਾਂ, ਉਹਨੂੰ ਉਹਦੀ ਹੈਲਪ ਕਰਨ ਵਾਸਤੇ ਧਰਮਿੰਦਰ ਸੀ। ਹਾਂਜੀ, ਹਾਂਜੀ, ਅਸੀਂ ਪੰਦਰੀ ਹੱਥੀ ਖੜੇ ਸਾਹਮਣੇ, ਹਾਂਜੀ, ਫੋਟੋਗ੍ਰਾਫਰ ਦੇ ਕੋਲ। ਹਾਂਜੀ, ਹਾਂਜੀ, ਉਹਦਾ ਦੋਸਤ ਹੈਗਾ ਸੀ ਧਰਮਿੰਦਰ, ਉਹਨੇ ਉਹਨੂੰ ਸਿੰਗਾਪੁਰ ਤੋਂ ਸਾਰਾ ਸਮਾਨ ਲੈ ਕੇ ਦਿੱਤਾ। ਹਾਂ, ਲੁਧਿਆਣੇ, ਸਾਰੇ ਇੰਡੀਆ 'ਚ ਪਹਿਲੇ ਨੰਬਰ 'ਚ ਕਲਰ ਫੋਟੋਗ੍ਰਾਫਰੀ ਜੌਨ ਐਂਡ ਸੰਸ ਮਲੇਰਕੋਟ ਲੈ ਕੇ। ਹਾਂ, ਉੱਥੇ ਸਟਾਰਟ ਹੋਇਆ ਸੀ, ਲੋਕ ਬੰਬਿਓਂ ਆ ਕੇ ਇੱਥੇ ਰੀਲਾਂ ਤੋਂ ਆਉਂਦੇ ਹੁੰਦੇ ਸੀ। ਫੋਟੋਗ੍ਰਾਫਰ ਆਪਣਾ ਗਗਨ ਫੋਟੋ ਵਾਲੇ ਦੇ ਤੁਸੀਂ ਸਾਹਮਣੇ ਖੜੇ ਸੀਗੇ ਤੇ ਮੈਂ ਤੁਹਾਨੂੰ ਪਹਿਚਾਣ ਲਿਆ, ਮੈਂ ਕਿਹਾ ਕਈ ਵਾਰ ਫੋਟੋ ਖਿੱਚਦੇ ਹੁੰਦੇ ਨੇ ਹੈਂ। ਤੇ ਭਾਈ ਧੰਨਵਾਦ ਤੁਹਾਡਾ ਸਮਰਾਟ ਜੀ, ਤੁਸੀਂ ਇੰਨੀਆਂ ਗੱਲਾਂ ਦੱਸੀਆਂ, ਕੈਮਰੇ ਵਿਖਾਏ, ਤੇ ਇਹ ਵੀ ਦੱਸਿਆ ਵੀ ਧਰਮਿੰਦਰ ਜਿਹੜਾ ਸੀਗਾ ਜੌਨਸਨ ਜੌਨਸਨ ਦਾ, ਉਹਨੇ ਕਲਰ ਜਿਹੜਾ ਫੋਟੋਆਂ ਪਾਉਂਦੇ ਸੀ ਮਸ਼ੀਨ ਲੈ ਕੇ ਦਿੱਤੀ, ਤੇ ਉਹ ਇੰਡੀਆ ਵਿੱਚ ਪਹਿਲੀ ਯਾਨੀ ਕਿ ਪਹਿਲੀ ਕਲਰ ਫੋਟੋਗ੍ਰਾਫਰੀ ਉੱਥੋਂ ਸ਼ੁਰੂ ਹੋਈ ਆ। ਹਾਂਜੀ।